लक्ष्मण दास जी, दादा जी, श्री गंडा राम। मेरा जन्म पाकिस्तान के तहसील शकड़गढ़ बारामंगा जिस्ट गुरदासपुर नाउ जिस्ट सियालकोट, ठीक है। पोस्ट टाइम से गुरदासपुर सी, हाँ जी, गुरदासपुर जिला, हाँ सियालकोट, गुरदासपुर चार तहसील है, शकड़गढ़, बटाला, गुरदासपुर, पठानकोट, शकड़गढ़ पे जाके पाकिस्तान के, पाकिस्तान चले, पिंड मिल जाएगी। मेरा जन्म तहसील शकड़गढ़, पिंड बारामंगा, जेड़ा बार्डर तो लगभग 12-13 किलोमीटर है, कस्बा सी हो तो भी। मनहास, राजपूत का घर सी, राजपूत का घर सी, ब्राह्मणा का। अच्छा जी, की नाम सी जेड़ा तड़े गवान सन ना चाचे नु ना याद नहीं चाचा ना याद है चाची मेरी जेड़ी हां जी यहां जेड़ा मैं हाडा भतीजा लगदा है का समझो वो सीगा चाचे मेरे सी अच्छा अपने दिल्ली राम बसंतू मजाई लाल बिहारी लाल अच्छा जी ये नाम सन हां ना चाचा कोई निशानी कर दी कोई दरख्त या और कोई निशानी घर के हम तो सब मिट मुट गया होना हाँ जी एंटर कर दिया साड़ी गली में चौंक चौं एक बाजार में गली चल जाती है एक गाँव निकल जाए तो लेफ्ट साइड बामला घर से वो घर से अमरूद सेगा तो मेहंदी का बूटा है तो सज्जे पास चौहारा है एक दावे शाह का अच्छा दावे शाह मशहूर बंदा है चंगा अमीर बंदा है वो चौहारा साढ़े पिट लगती है छोटा सी मेरे फादर ने लागे एक होर मुल लिया है थोड़ा वड्डा बन गया चाचा अद सी जिन्ना आना उन्ना दुगना है साडा फादर कले चाचे साढ़े चार मतलब हाडे बाबे जिहड़े मंडा राम ते मोती राम दो भरा सी अद्धो करके साडी हज जी अद्धी साडी हवेली जिहड़ी सी हवेली साडी घर तो तकरीबन 200-300 गज होनी है बाल टले बूढ़े साहब बाली साइड ते अच्छा कहंदे पासे ठीक है ते हवेली जिहड़ी साडी चाचा जी साडी अद्धो अद्ध काही वड्डी सी खरास लगा हैगा हुण लाया हैगा खरास हैगा और साडा खरास जिहड़ा हैगा खरास जानदे हो ना फिर साडे फादर ने किया जेडी एंट्री है गेट वड्डा करता ऊठ बना सके ऊठ ही ऊठ लेंदे जोन वास्ते एक हड़ चलता रहिंदा हैगा कुड़ी नूं वधिया हैगी फादर है जी कारोबार उन्होंने सिर्फ खरास खरास ही सेव करते
ਮਨਾਸਾ ਜੀ ਅੱਛਾ ਜੀ ਹਾਂਜੀ ਅਸੀਂ ਸਾਡੇ ਬਾਰੇ ਮੰਗੇ ਦੋ ਵੰਡਾਂ ਹੈਗੀਆਂ ਜਿਹਦਾ ਕਹਿੰਦਾ ਬਲਾਕ ਕਰੋ ਜਾਂ ਬਾਰਡ ਕਰੋ ਦੋ ਵੰਡ ਸੀ ਇੱਕ ਸੀ ਬਿਛੋ ਦੀ ਵੰਡ ਇੱਕ ਸੀ ਸ਼ੁਕਰ ਦੀ ਵੰਡ ਅੱਛਾ ਜੀ ਅਸੀਂ ਬਿਛੋ ਦੀ ਵੰਡ ਚੀਜ਼ਦੇ ਠੀਕ ਹੈ ਬਿਛੋ ਵੰਡ ਇੱਕ ਸ਼ੁਕਰ ਵੰਡ ਸੀ ਅਸੀਂ ਬਿਛੋ ਦੀ ਵੰਡ ਚੀਜ਼ਦੇ ਅੱਧੋ ਅੱਧ ਸੀ ਠੀਕ ਹੈ ਹਾਂਜੀ ਤੇ ਸਕੂਲ ਗਏ ਸੀ ਹਾਂਜੀ ਸਕੂਲ ਗਿਆ ਸੀ ਮੈਂ ਪੜ੍ਹਿਆ ਉੱਥੇ ਸਰਕਾਰੀ ਮਦਰਸਾ ਬਾਰਾਂ ਮੰਗਾ ਉੱਥੇ ਮੈਂ ਪੜ੍ਹਿਆ ਚੌਥੀ ਤੱਕ ਉਰਦੂ ਪੜ੍ਹਿਆ ਮਦਰਸੇ ਚ ਮਦਰਸਾ ਹੀ ਉਹਦਾ ਕੀ ਨਾਂ ਸੀ ਮਦਰਸੇ ਦਾ ਸਰਕਾਰੀ ਮਦਰਸਾ ਬਾਰਾਂ ਮੰਗਾ ਵਾਹ ਅੱਛਾ ਜੀ ਪ੍ਰਾਇਮਰੀ ਤੱਕ ਸੀ ਚੌਥੀ ਤੱਕ ਠੀਕ ਹੈ ਉਹਦੇ ਚੌਥੀ ਤੱਕ ਹੁੰਦੇ ਸੀਗੇ ਕੋਈ ਉਸਤਾਦ ਦਾ ਨਾਂ ਚੇਤੇ ਹੈ ਹਾਂ ਸਾਡਾ ਇੱਕ ਸੀਗਾ ਮੁਹੰਮਦ ਮੀਆਂ ਹਾਂਜੀ ਚੰਗਾ ਮੋਟਾ ਹੁੰਦਾ ਸੀਗਾ ਅੱਛਾ ਇੱਕ ਸੀਗਾ ਖਾਨ ਹਾਂਜੀ ਖਾਨ ਆਉਂਦਾ ਰਿਹਾ ਲਾਗੇ ਪਿੰਡ ਸੀਗਾ ਮੈਂਗੜੀ ਅੱਛਾ ਜੀ ਉਹ ਤਾਂ ਘੋੜੇ ਤੋਂ ਆਉਂਦਾ ਹੁੰਦਾ ਸੀਗਾ ਏਦਾਂ ਟੋਪੀ ਪਾਈ ਦਾ ਖੱਲਾ ਛੱਡ ਕੇ ਅੱਛਾ ਜੀ ਮੈਂਗੜੀ ਤੋਂ ਹਾਂ ਚਲੋ ਸਾਡੇ ਬਾਰੇ ਮੰਗਦੇ 4 ਕਿਲੋਮੀਟਰ ਸੀ ਹਾਂ ਮਤਲਬ 4 ਮੀਲ ਕਰ ਲਓ ਅੱਛਾ ਜੀ ਹੁਣ ਤਾਂ ਕਿਲੋਮੀਟਰ ਬਣ ਗਿਆ ਹਾਂਜੀ ਉੱਥੇ ਆਉਂਦਾ ਹੁੰਦਾ ਸੀਗਾ ਘੋੜੀ ਤੋਂ ਆਉਣਾ ਉਹਨੇ ਅੱਛਾ ਜੀ ਉਹ ਹੀ ਹੈਡ ਮਾਸਟਰ ਠੀਕ ਹੈ ਇੱਕ ਉਸ ਤੋਂ ਬਾਅਦ ਇੱਕ ਹਿੰਦੂ ਮਾਸਟਰ ਆਇਆ ਸੀਗਾ ਹਾਂ ਉਹ ਤਕਰੀਬਨ 47 ਚ ਸ਼ੁਰੂ ਚ ਆਇਆ ਸੀਗਾ ਹਾਂਜੀ 47 ਚ ਆਇਆ ਸੀਗਾ ਅੱਛਾ ਹਿੰਦੂ ਮਾਸਟਰ ਆਇਆ ਸੀਗਾ ਅੱਛਾ ਜੀ ਉਹਦੀ ਮਤਲਬ ਇੱਕ ਗੱਲ ਬੜੀ ਵਧੀਆ ਯਾਦ ਹੈ ਉਹਦਾ ਮੁੰਡਾ ਸਾਡਾ ਪੜ੍ਹਦਾ ਹੁੰਦਾ ਸੀਗਾ ਤੇ ਉਹਨੇ ਇੱਕ ਛੋਟਾ ਜਿਹਾ ਪੰਫਲੇਟ ਨਿਕਲਦਾ ਹੁੰਦਾ ਸੀਗਾ ਉਰਦੂ ਚ ਹਾਂਜੀ ਉਹਦੀ ਇੱਕ ਗੱਲ ਲਿਖੀ ਸੀ ਉਹਦੇ ਉੱਤੇ ਟਾਈਮ ਪੀਸ ਵਗੈਰਾ ਹੁੰਦੀ ਕੋਈ ਨਹੀਂ ਹਾਂਜੀ ਹਾਂਜੀ ਉਹ ਉੱਤੇ ਲਿਖਿਆ ਕਿ ਜੇ ਤੁਸੀਂ ਸਵੇਰੇ ਉੱਠਣਾ ਜਿੰਨੇ ਵਜੇ ਉੱਠਣਾ ਚਾਹੁੰਦੇ ਹੋ ਤੁਸੀਂ ਵੀ ਨੋਟ ਕਰੋ ਇਸ ਗੱਲ ਨੂੰ ਹਾਂਜੀ ਤਾਂ ਕੋਈ ਉਹ ਟਾਈਮ ਪੀਸ ਦੀ ਕੁਛ ਘੜੀ ਨਹੀਂ ਆ ਤੁਸੀਂ ਜਿੰਨੇ ਵਜੇ ਉੱਠਣਾ ਚਾਹੁੰਦੇ ਹੋ ਸੌਣ ਲੱਗੇ ਕਹੋ ਮੈਂ 4 ਵਜੇ ਉੱਠਣਾ ਸੌਣ ਲੱਗਾ ਮੈਂ 4 ਵਜੇ ਉੱਠਣਾ ਮੈਂ ਸਵੇਰੇ 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 4 ਵਜੇ ਉੱਠਣਾ ਸਵੇਰੇ 4 ਵਜੇ ਉੱਠਣਾ ਸਵੇਰੇ 4 ਵਜੇ ਅੱਛਾ ਜੀ ਸੌਂ ਜਾਓ ਐਗਜ਼ੈਕਟ ਤੁਸੀਂ 4 ਵਜੇ ਉੱਠ ਪੋਗੇ ਟਾਈ ਕਰਕੇ ਦੇਖ ਲਿਓ ਅੱਛਾ ਜੀ ਟਾਈ ਕਰਕੇ ਦੇਖ ਮੈਂ ਕਰਦਾ ਰਹਿ ਗਿਆ ਸੌਣ ਲੱਗਿਆ ਜਿੰਨੇ ਵਜੇ ਉੱਠਣਾ ਉਹਨੇ ਮਤਲਬ ਰੱਖ ਲਾਈ ਜਾਣੀ ਕਾਈ ਜਾਣੀ ਇਹਦਾ ਕਰਦਾ ਕਰਦਾ ਸੌ ਜਾਣਾ ਉਹ ਦਿਮਾਗ ਚ ਫਿਰ ਬਹਿ ਜਾਂਦਾ ਹੈ ਦਿਮਾਗ ਉਹ ਸੈੱਟ ਹੋ ਜਾਂਦਾ ਕਿ ਮੈਂ 4 ਵਜੇ ਜਾਗਣਾ ਹੀ ਆ ਪੂਰੇ 4-5-10 ਮੈਂ ਅੱਗਾ ਪਿੱਛਾ ਹੋ ਗਿਆ ਜਾਗਣਾ ਜੀ ਮੈਂ ਇਸ ਤਰ੍ਹਾਂ ਉੱਠਦਾ ਰਿਹਾ ਇੱਥੇ ਵੀ ਇੱਥੇ ਦਸੂ ਪਿੰਡ ਆਪਣੇ ਪਿੰਡ ਮੇਰਾ ਸੀਗਾ ਜਦੋਂ ਉੱਥੇ ਪਾਕਿਸਤਾਨ ਚ ਆਇਆ ਨਾ ਉਹਦੇ ਪਿੰਡ ਸਾਡਾ ਗੁਰਦਾਸਪੁਰ ਲਾਗੇ ਰਾਮਨਗਰ ਭੂਨ ਪੂਨਾ ਪਿੰਡ ਉੱਥੇ ਸੀ ਉੱਥੋਂ ਮੈਂ ਇੱਥੇ 7 ਚ ਆਇਆ 8 ਅਗਸਤ 7 ਨੂੰ ਮੈਂ ਟੀਚਰ ਸੀ ਮੈਂ ਟ੍ਰਾਂਸਫਰ ਆ ਕੇ ਦਸੂ ਆਇਆ 8 ਅਗਸਤ 7 ਨੂੰ ਮੁਸਲਮਾਨਾਂ ਦੀ ਭਰਾ ਨੇ ਮੰਨੀ ਲਾਗੇ ਖਾਲੀ ਪਲਾਟ ਸੀ ਮੈਂ ਉੱਥੇ ਡੰਗਰ ਘਰੋਂ ਲਿਆਇਆ ਮੈਂ ਟਰੱਕ ਚ ਆਇਆ ਡੰਗਰ ਸੀ ਮੇਰੇ ਕੋਲ ਗੁਰਦਾਸਪੁਰੋਂ ਹਾਂ ਇੱਕ ਮੱਝ ਸੀ 2 ਕੱਟੀਆਂ ਸੀਗੀਆਂ ਤੇ ਟਰੱਕ ਚ ਆਇਆ ਉੱਥੇ ਮੈਂ ਫਿਰ ਡੰਗਰ ਨੂੰ ਬੰਨਦਾ ਰਿਹਾ ਹੌਲੀ ਹੌਲੀ ਮਾਰੇ ਕਿਰਪਾ ਨਾਲ ਕਬਜ਼ਾ ਲਿਆ ਲਿਆ ਨਾਲ ਗੁਆਂਢੀ ਚੰਗਾ ਬੰਦਾ ਸੀ ਬਜ਼ੁਰਗ ਸੀ ਕਹਿੰਦਾ ਇੰਨਾ ਕੁ ਥਾਂ ਨੂੰ ਮਾਲਾ ਇੰਨਾ ਛੱਡ ਲਿਆ ਹਾਂਜੀ ਉੱਥੇ ਮੈਂ ਇੱਕ ਛੰਦ ਪਾਈ ਛੰਦ ਵਿੱਚ ਮੈਂ ਪਾਰਟੀ ਨਹੀਂ ਕੀਤੀ ਅੱਧੇ ਡੰਗਰ ਬੰਨੇ ਤੇ ਅੱਧੇ ਚ ਮੈਂ ਸੌਣਾ ਲਾਗੇ ਗਲੀ ਚ ਮਕਾਨ ਲਿਆ 18 ਪੇ ਮਹੀਨਾ ਕਿਰਾਏ ਤੇ ਅੱਛਾ ਉੱਥੇ ਡੰਗਰ ਬੰਨੇ ਉੱਥੇ ਵੀ ਰਹਿਣਾ ਮੈਂ ਗੱਲੀ ਬਣਾ ਲਈ ਫਿਰ ਹੌਲੀ ਹੌਲੀ ਕੱਚਾ ਪੱਕਾ ਮਕਾਨ ਬਣਾਇਆ ਕਰੋਨਾ ਬਣਾਇਆ ਹੌਲੀ ਮਾੜੀ ਕਿਰਪਾ ਹੋਈ ਉਹ ਵੀ ਅੱਗੇ ਕਰਦੇ ਹੁਣ ਮਾੜੀ ਕਿਰਪਾ ਹੀ ਮੇਰੇ ਕੋਲ 1.5 ਕਰੋੜ ਦੀ ਕੋਠੀ ਆ ਠੀਕ ਹੈ ਪਾਕਿਸਤਾਨ ਚੋਂ ਆ ਕੇ ਭੂਣੀ ਰਾਮ ਨੇ ਭੂਣਾ ਬਜ਼ਾਫ ਆਈ ਟੀ ਆਈ ਸਾਹਮਣੇ ਪਿੰਡ ਹੈ ਮਾਨ ਦੇ ਲਾਗੇ ਉੱਥੇ ਮੈਂ ਰਿਹਾ 47 ਤੋਂ ਲੈ ਕੇ 70 ਤੱਕ ਅਗਲੀ ਪੜ੍ਹਾਈ ਉੱਥੇ ਕੀਤੀ 10ਵੀਂ ਉੱਥੇ ਕੀਤੀ ਕਾਲਜ ਗਏ ਗਵਰਨਮੈਂਟ ਕਾਲਜ ਗੁਰਦਾਸਪੁਰ ਉੱਥੇ ਵੀ ਐਫਏ ਤੱਕ ਗਏ ਐਫਏ ਪਾਸ ਨਹੀਂ ਕੀਤੀ ਕਾਲਜ ਝਗੜਾ ਹੋ ਗਿਆ ਲੜਾਈ ਝਗੜਾ ਹੋ ਗਿਆ ਮੁੰਡਾ ਹੋਣਿਆ ਦਾ ਮਿਲਟਰੀ ਭਰਤੀ ਹੋ ਗਿਆ 22-12-56 ਮਿਲਟਰੀ 'ਚ ਭਰਤੀ ਹੋਇਆ 22-12-56 ਲੈ ਕੇ 24-61 ਤੱਕ ਮਿਲਟਰੀ 'ਚ ਰਿਹਾ ਉਹਦਾ ਜਚਾਰ ਲੈ ਕੇ ਆ ਗਿਆ ਜਚਾਰ ਲੈ ਕੇ ਉਸ 'ਚ ਫਿਰ ਮੈਂ ਟਰੱਕ ਵੀ ਚਲਾਇਆ ਮੱਧ ਪ੍ਰਦੇਸ਼ 'ਚ ਉਸ ਵਕਤ ਆ ਕੇ ਫਿਰ ਮੈਂ
ਇੰਡਸਟਰੀ ਸਬ ਇੰਸਪੈਕਟਰ 3 ਮਹੀਨੇ ਸਰਵਿਸ ਉਹ 3 ਮਹੀਨੇ ਬੇਸਿਸ ਹੁੰਦੇ ਹੈਗੇ ਅੱਛਾ 3 ਮਹੀਨੇ ਬੇਸਿਸ ਹੁੰਦੇ ਹੈਗੇ ਕੋਈ 6 ਮਹੀਨੇ ਬੇਸਿਸ ਹੋ ਗਿਆ ਇਹਦੇ ਚੱਲਦਾ ਹੁੰਦਾ ਹੁਣ ਬੱਚੇ ਦਾ ਸੈਸ਼ਨ ਚੱਲ ਗਿਆ 3 ਮਹੀਨੇ ਮੈਂ ਇੰਡਸਟਰੀ ਸਬ ਇੰਸਪੈਕਟਰ ਕੋਆਪਰੇਟ ਸਾਈਡ ਦੀ ਕੰਮ ਕੀਤਾ ਉਸ ਤੋਂ ਬਾਅਦ ਮੈਂ ਸਿਲੈਕਟ ਹੋ ਗਿਆ ਨੈਸ਼ਨਲ ਡਿਸਪਲਿਨ ਸਕੀਮ ਨੈਸ਼ਨਲ ਡਿਸਪਲਿਨ ਸਕੀਮ ਅੱਛਾ ਮੈਂ ਸੈਂਟਰ ਦੀ ਹੈ ਉਸ ਉਹ ਤੇ ਸਿਲੈਕਟ ਹੋ ਗਿਆ ਕਿ ਐਜ਼ ਅ ਟੀਚਰ ਟ੍ਰੇਨਿੰਗ ਲਈ ਸਿਰਸਕਾ ਰਾਜਸਥਾਨ ਚ ਅੱਛਾ ਡਿਸਟ੍ਰਿਕਟ ਅਲਵਰ ਰਾਜਸਥਾਨ ਸਿਰਸਕਾ ਸਿਰਸਕਾ ਪੈਲਸ ਸੀ ਹਾਂਜੀ ਉਸ ਤੋਂ ਟ੍ਰੇਨਿੰਗ ਲੈ ਕੇ ਮੇਰੀ ਫਸਟ ਪੋਸਟਿੰਗ ਸੀ 1 ਫਰਵਰੀ 1962 ਗਵਰਨਮੈਂਟ ਹਾਈ ਸਕੂਲ ਗੱਗੋਮਾਲ ਤਹਿਸੀਲ ਅਜਨਾਲਾ ਅੰਮ੍ਰਿਤਸਰ ਵਾਹ ਜੀ ਅੱਛਾ ਜੀ ਹੁਣ ਕਿਹੜੀ ਡੇਟ ਯਾਦ ਹੈ ਤੁਹਾਨੂੰ ਹਾਂਜੀ ਪਹਿਲੀ ਪੋਸਟਿੰਗ ਉੱਥੇ ਉਸ ਤੋਂ ਬਾਅਦ ਮੈਂ ਟ੍ਰਾਂਸਫਰ ਹੋ ਗਈ ਕ੍ਰਿਸ਼ਨ ਕ੍ਰਿਸ਼ਨ ਮਿਸ਼ਨ ਸਕੂਲ ਮਜੀਠਾ ਉੱਥੇ 4-5-6 ਮਹੀਨੇ ਰਿਹਾ ਉਸ ਤੋਂ ਬਾਅਦ ਮੈਂ ਟ੍ਰਾਂਸਫਰ ਨਾਲ ਹੀ ਸਕੂਲ ਸੀਗਾ ਗਵਰਨਮੈਂਟ ਹਾਈ ਸਕੂਲ ਮਜੀਠਾ ਉੱਥੇ ਹੋ ਗਈ ਫਿਰ ਮੈਂ ਮਿਊਚੁਅਲ ਟ੍ਰਾਂਸਫਰ ਕਰਾਈ ਅੰਮ੍ਰਿਤਸਰ ਅੰਮ੍ਰਿਤਸਰ ਦਾ ਜਿਹੜਾ ਸੀਗਾ ਉਹ ਮਜੀਠੇ ਲਾਗੇ ਦਾ ਸੀਗਾ ਉਹ ਮਜੀਠੇ ਦਾ ਤਰਾ ਹੈਡ ਮਾਸਟਰ ਸੀਗਾ ਮੈਂ ਮਿਊਚੁਅਲ ਕਰਾਈ ਉੱਥੇ ਆ ਗਿਆ ਮੈਂ ਚਲੇ ਗਿਆ ਖਾਲਸਾ ਕਾਲਜ ਹਾਈ ਸਕੂਲ ਨਿਕਲ ਅੰਮ੍ਰਿਤਸਰ ਤੇ ਉੱਥੇ 1.5-2 ਸਾਲ ਕੱਟਿਆ ਫਿਰ ਮੈਂ ਟ੍ਰਾਂਸਫਰ ਕਰ ਗਿਆ ਅੱਗੇ ਆਪਣੇ ਪਿੰਡ ਲੱਗ ਗਏ ਮਹਾਤਮਾ ਗਾਂਧੀ ਮੈਮੋਰੀਅਲ ਸਕੂਲ ਗੁਰਦਾਸਪੁਰ ਇਸ ਤੋਂ ਬਾਅਦ ਕੁਛ ਚਿਰ ਰਹਿ ਕੇ ਫਿਰ ਮੇਰੀ ਟ੍ਰਾਂਸਫਰ ਹੋਈ ਗਵਰਨਮੈਂਟ ਹਾਈ ਸਕੂਲ ਦੋਸਤਪੁਰ ਬਾਰਡਰ ਦੇ ਕੰਢੇ ਦੇ ਬਾਰਡਰ ਸੀ ਬਾਰਡਰ ਉੱਥੇ ਬਾਰਡਰ ਮਤਲਬ ਤੁਸੀਂ ਨਾਲ ਬਾਰਡਰ ਮਤਲਬ ਹਾਰਡਲੀ 1.5 ਕਿਲੋਮੀਟਰ ਸੀ ਫਿਰ ਮਿਊਚੁਅਲ ਟ੍ਰਾਂਸਫਰ ਕਰਾਈ ਵੀ ਮੈਂ ਗਵਰਨਮੈਂਟ ਹਾਈ ਸਕੂਲ ਬਹਿਰਾਮਪੁਰ ਉਹਦੇ ਬਾਰਡਰ ਪਾਸੇ ਹਾਂਜੀ ਦਰੰਗਲ ਸਾਈਡ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਮੈਂ 70 ਚ 8-10-70 ਨੂੰ ਮੈਂ ਆ ਗਿਆ ਇੱਥੇ ਖਾਲਸਾ ਹਾਈ ਅਸੈਂਬਲੀ ਸਕੂਲ ਇੱਥੇ ਮੈਂ ਫਿਰ 73 ਚ ਮੇਰੀ ਟ੍ਰਾਂਸਫਰ ਹੋਈ ਮੇਰੀ ਥੋੜ੍ਹਾ ਜਿਹਾ ਸਵਾਲ ਥੋੜ੍ਹਾ ਗਰਮ ਸੀਗਾ ਤੇਰੀ ਪਰਵਾਹ ਨਹੀਂ ਕਰਨੀ ਤੇ ਕਲਰ ਖਾਲਸਾ ਹਾਈ ਸਕੂਲ ਹਰਿਆਣਾ ਭੁੰਗਾ ਹਰਿਆਣਾ ਇੱਥੋਂ ਮੈਂ ਟ੍ਰਾਂਸਫਰ ਕਰਾ ਕੇ ਉਹਦੇ ਇੱਕ ਹੈਗੀ ਸੀ ਮਿਡ ਟਰਮ ਇਲੈਕਸ਼ਨ ਉਹਦੇ ਇੱਥੇ ਹੈ ਸੀ MLA ਗੁਰਭਜਨ ਸਿੰਘ ਚੀਮਾ ਉਹਨਾਂ ਵੋਟਾਂ ਲੋੜ ਸੀਗੀ ਅਸੀਂ ਮੈਂ ਨੰਕਾਰੀ ਸੀਗਾ ਸਾਡੇ ਵੋਟ ਹੈਗੀ ਕਾਫੀ ਸਾਨੂੰ ਪੋਜ ਕੀਤਾ ਤੇ ਸਾਡੇ ਜੋ ਬੰਦਾ ਉਹ ਕਹਿੰਦਾ ਕਿ ਅੱਜ ਪਹਿਲੇ ਬੰਦੇ ਟ੍ਰਾਂਸਫਰ ਕਰਨਾ ਉਹ ਜਿਹੜਾ ਐਜੂਕੇਸ਼ਨ ਸੀਗਾ ਮਿਨਿਸਟਰ ਸੀਗਾ ਗੁਰਮੇਲ ਸਿੰਘ ਗੇਲੀ ਕਹਿੰਦੇ ਸੀਗੇ ਗੁਰਮੇਲ ਸਿੰਘ ਗੇਲੀ ਉਹਦਾ ਪੀਏ ਸੀ ਮਿੱਤਰ ਉਹਨੇ ਕਿਹਾ ਭਾਈ ਗੱਲ ਸੁਣ ਆ ਨੋਟ ਕਰ ਇਹਦੀ ਟ੍ਰਾਂਸਫਰ ਪਰਸੋਂ ਹੋਣੀ ਚਾਹੀਦੀ ਪਰਸ ਤੱਕ ਹੋਣੀ ਚਾਹੀਦੀ ਹੈ ਕੋਈ ਇਲੈਕਸ਼ਨ ਦੇਣੀ ਸੀ 22 ਲੱਖਾਂ ਦੀ ਵੋਟ ਚਾਹੀਦੀ ਸੀ ਉਹ ਨੋਟ ਕੀਤਾ ਮੇਰੀ ਟ੍ਰਾਂਸਫਰ ਉਸ ਤੋਂ ਫਿਰ ਹੋਈ ਗਵਰਨਮੈਂਟ ਹਾਈ ਸਕੂਲ ਸਗਰਾਂ ਅਨਾਲੀ ਇੱਥੋਂ ਮੈਂ 3 ਸਾਲ ਆਪਣੇ ਜੂਨ 75 ਤੋਂ ਲੈ ਕੇ ਮੈਂ ਤਕਰੀਬਨ 3 ਸਾਲ ਇੱਥੇ ਰਿਹਾ ਮੈਂ ਫਿਰ ਸਾਡੀ ਟ੍ਰਾਂਸਫਰ ਹੋ ਗਈ ਪ੍ਰਮੋਟ ਹੋ ਗਿਆ ਸੀ ਬਲਾਕ ਸਪੋਰਟਸ ਐਜੂਕੇਸ਼ਨ ਅਫਸਰ ਲਾ ਤਾ ਮੈਂ ਹਾਜੀਪੁਰ ਬਲਾਕ 'ਚ ਹਾਜੀ ਬਲਾਕ 'ਚ ਇੱਕ ਮੇਰੇ ਨਾਲ ਦਾ ਸੀਗਾ ਮਕੇੜੀਆਂ ਉਹ ਵੀ ਮਕੇੜੀਆਂ ਟ੍ਰਾਂਸਫਰ ਹਾਜੀ ਪਠਾਨਕੋਟ ਮੇਰਾ ਉਹਦਾ ਹੈੱਡਕੁਆਰਟਰ ਸ਼ਿਫਟ ਕਰਤਾ ਮਕੇੜੀਆਂ ਸੌਖਾ ਹੋ ਗਿਆ ਦੂਸਰੀ ਵਾਰ ਮਕੇੜੀਆਂ ਸੌਖਾ ਸੀ ਹਾਜੀਪੁਰ ਦੀ ਪਹਿਲੀ ਸੀ ਕੋਈ ਟ੍ਰਾਂਸਫਰ ਕਰਨੀ ਸੀ ਮੇਰਾ ਹੈੱਡਕੁਆਰਟਰ ਮਕੇੜੀਆਂ ਸੀ ਮੇਰੇ 2 ਬਲਾਕ ਸੀ ਮਕੇੜੀਆਂ ਸੈਕਿੰਡ ਅਤੇ ਹਾਜੀਪੁਰ ਫਿਰ ਮੈਂ ਮਕੇੜੀਆਂ ਤੋਂ 31-12-94 ਨੂੰ ਰਿਟਾਇਰ ਹੋਇਆ 31-12-94 ਉਹ ਬੜਾ ਵੱਡਾ ਆਤਿਸ਼ਬਾਜ਼ ਸੀਗਾ ਆਤਿਸ਼ਬਾਜ਼ੀ ਮਤਲਬ ਉਸ ਇਲਾਕੇ ਦਾ ਐਕਸਪਰਟ ਬੰਦਾ ਸੀਗਾ ਬਹੁਤ ਵੱਡਾ ਐਕਸਪਰਟ ਬੰਦਾ ਆਤਿਸ਼ਬਾਜ਼ ਉਹਦਾ ਮੁੰਡਾ ਸੀ ਰਹਿਮਤੁੱਲਾ ਅਬਦੁੱਲਾ ਮੇਰੇ ਵਾਲ ਹੁੰਦੇ ਸੀਗੇ ਉਹ ਸਾਡੇ ਨਾਲ ਪੜ੍ਹਦਾ ਉਹ ਤਾਂ ਯਾਦ ਹੈ ਕਿਉਂਕਿ ਉਹ ਸ਼ਕਲ ਅਜੀਬ ਜਿਹੀ ਸੀ ਇਹ ਲੰਮੇ ਲੰਮੇ ਵਾਲ ਸ਼ਹਿਰ ਦਾ ਸੀ ਹਾਂ ਸ਼ਹਿਰ ਦੇ ਸਾਡੇ ਬਾਹਰ ਮੰਗੇ ਦਾ ਸੀਗਾ ਸਾਡੇ ਬਾਹਰ ਮੰਗੇ ਦੇ ਬਾਹਰਲੇ ਪਾਸੇ ਜਾਓ ਤੇ ਤਖੀਆ ਆਇਆ ਤਖੀਆ ਬੜਾ ਮਸ਼ਹੂਰ ਤੈਨੂੰ ਉਹਦੇ ਪਤਾ ਉਹਦੇ ਪਾਕਿਸਤਾਨ ਤਖੀਆ ਬੜਾ ਸੀਗਾ ਕਿਤੇ ਮੌਜੂ ਵਗੈਰਾ ਰਹਿੰਦੇ ਸੀਗੇ ਤਖੀ ਲੱਗੇ ਦਾ ਘਰ ਸੀਗਾ ਉਹਨੇ ਘਰ ਸੀਗਾ ਹੁਣ ਸੀ ਅੰਬਲ ਮੁਕੇ ਹੁਣੇ ਸਾਤੋਂ ਯਾਰ ਸੀ ਉਹ ਯਾਦ ਆ ਹੋਰ ਯਾਦ ਹੈ
ਹੋਰ ਆਪਣੇ ਹਿੰਦੂਆਂ ਤੇ ਸਿੱਖਾਂ ਦੇ ਬੱਚੇ ਉੱਥੇ ਸਿੱਖਾਂ ਦਾ ਬੱਚਾ ਹਲੇ ਕੋਈ ਨਹੀਂ ਹੈਗਾ ਹਿੰਦੂ ਸਨ ਮੈਂ ਵੀ ਮੈਂ ਅਰੀਜਨ ਵੀ ਮੈਂ ਮੋਨਾ ਹੈਗਾ ਅੱਛਾ ਜੀ ਅਰੀਜਨ ਵੀ ਮੇਰਾ ਨਾਮ ਹੈ ਦੇਵਰਾਜ ਦੇਵਰਾਜ ਅੱਛਾ ਜੀ ये मेरा ओरिजिनल नाम है देवराज हरे पुगा सी मैंने प्यार ना बलदेव कहने लग बलदेव अच्छा देवराज में बलदेव राय बन गया नहीं बलदेव राज पाकिस्तान च आए तो पहले मैं दाखिले महात्मा गांधी स्कूल मैं दीन लगा साढ़े पिंड के जिन्हें मुड़े थे ना जटा पिंड सी ये सारे जानते थे खालसा स्कूल वो कहते तू इतने भी जाना है हड़ना चलिया था मैं खालसा स्कूल जान लग पाया उसे दाखिल हो गया पंजवी छेवीं सतवीं तक मैं मोना ही अच्छा सारे सिख तो मैं कला मोना सारी क्लास सिखा जी मैं कला मोना मैं शर्म जी मैं वार रख लिया अच्छा। बलदेव राज रहा नहीं अजय नहीं बनिया अच्छा। बलदेव राज अठवीं पास की अठवीं के बाद जो साढ़े ना चढ़े नौवीं चढ़े जो जो टीचर इम्तिहाज से वो सारे लिख दिया फलाना सिंह कशपाल सिंह कश्मीर सिंह का अगर बलदेव राज या बलदेव सिंह करता रूटीन जी अच्छा एको कला हिंदू ही मैं बलदेव राज ओने की तमिल बलदेव सिंह ओ तो मैं नाम ही या बलदेव सिंह सारे सूरत देखी और बलदेव सिंह ये सारे के लिस्ट जो दे ना एक पेज तो दूसरे पेज जान लगे था कि ट्रांसफर की तो सारे सिंह सिंह आउंडे भी गए नहीं सारे मेरा सिंह ले है गया बलदेव सिंह ही चल ओ तो सिंह बन गया अच्छा अच्छा साथी जेडे तोडे पिंड दे सारे हिंदू मुंडे ओना का नाम कीते ने ओ नाल एक ना ही शिवाल सिंह हां जी प्रकाश सिंह राजपुर में मिले थे मेरे याद में क्लास में देखे फिर केवल कृष्ण सी इसे तारीबल बैठे थे तारीबल तो पता कैसे चले गए होना केवल कृष्ण प्रकाश सिंह इशपाल सिंह पूरे दोस्त में याद ना याद है ये मेरे उन अंदर या उन से संतारी भी पार्टीशन को जो पार्टीशन हुई कि बड़ा मांगा पेंडर तो तुष्य उसको किरे उसे जो पार्टी हुई ना तो न्याणे ही गए मैंने पता कि मैं एक बर्छी बनाई ही अच्छा जी क्योंकि हर चाचे लोरा कम करते थे असि तहाना कम करते थे चाचे पत्री लाके ना उन्होंने देती थे दो प्लेट होकर ना लंबी जी मारी आप बर्छी बना रही बर्छी बना रही अच्छा एक पत्री जी कृपा मारी मुकाबला करने वास्ते अच्छा उदो लै चली सी कि बंड होनी है अच्छा उस पास मशहूर से लियाकत मोहम्मद अली जनाह राजपूता कोई नहीं मुसलमान का घर है ही थोड़े जे ना मात्र मतलब के आठ लून भी नहीं थोड़े पंद्रह भी पंजाह घर होंगे क्यों राज मनहास जी मनाज खतरी वगैरह थे तो समझार कोई नहीं लग पिंड जिन्ने सारे थे बारह बारह पिंड सारे राजपूत थे लग डला बूढ़ा जटा के पिंड डला डला बूढ़ा पोटला ये दो पिंड जटा के थे तो सू खतरा कोई नहीं अं कड़ से बैठे हैं कोई नहीं फिर अखीर जो तो 15 अगस्त का ऐलान हो गया कि हिंदुस्तान वंड हो गई है ये अं पाकिस्तान च आ गए हैं कि सानू हिंदुस्तान जाना पड़ा ये लीडर से उन्होंने सलाह की असं निकलना इत जे इत रहे हम तो अं पिंड है बहर ने पिंड कट्ठे होकर आगे फिर करेंगे एक गल दस साढ़े पिंड से सिर्फ 12 राइफल है याद है भी राइफल एडा वा पिंड से 20 राइफल सिर्फ दनालिया या सिंगल है सन तो राइफल ने अपने लोड कर लिया अपने असला पा लिया तैयारी कर ली सवेर निकलना अभी गंढा मन जो भी अपना कीमती समान जो कुछ लिया वो गंढा मन के रख लिया वेट कर लिया कदम मूव करना तो मेरा कीमती समान से एक गेंद एक लीटा चीटा होंगे चीटा का लीटे हम खेलते देखते खुद ही सुटना फिर वो करना जिदा हम खेलते ना लकी बच्चे खेलते हैं बांटे खेलते जो ठिकड़ियां बना के खेलते हैं ਸਾਡੇ ਲੱਕੜ ਦੇ ਹੁੰਦੇ ਇੱਕ ਜੇ ਤੇ ਉਹ ਪਾਇਆ ਤੇ ਕਿਤੇ ਗੇਂਦ ਪਾਈ ਮੇਰਾ ਕੀਮਤੀ ਸਮਾਨ ਬੱਚੇ ਹੀ ਨਾ ਆਪਣਾ ਜੋ ਸਮਾਨ ਸੀ ਉਹ ਉੱਥੋਂ ਦੇ ਛੇੜੇ ਛੇੜੇ ਮੂਲ ਕੀਤਾ ਜੀ ਜਿਹੜੇ ਤੇ ਹੀ ਨੌਜਵਾਨ ਜਾਂ ਬਾਜ ਜਿਹੜੇ ਸੀਗੇ ਉਹਨਾਂ ਕਰਾਸ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਪੱਤਨ
ਮਹੀਨੇ ਤੋਂ ਹੀ ਉਦੋਂ 8-10 ਕੋਹ ਸੀਗਾ, 10-12 ਮੀਲ ਲਾ ਲੋ ਤੇ ਦਰਿਆ ਚ ਹੜ ਆਇਆ ਸੀਗਾ। ਮਹੀਨਾ ਸੀ ਸਤੰਬਰ ਦਾ, ਸਤੰਬਰ ਮਹੀਨਾ, ਉਦੋਂ ਹੜ ਬਹੁਤ ਆਏ ਸੀਗੇ। ਹੜ ਚੜਿਆ, ਕਈਆਂ ਕੀਤਾ ਸੁਹਾਗੇ ਸੁੱਟ ਲਏ, ਸੁਹਾਗੇ ਤੇ ਆ ਕੇ ਕਿਤੇ ਬਾਹਰ ਨਿਕਲ ਕੇ ਜਿਹੜੇ ਨੌਜਵਾਨ ਜਿਹਾ ਲਾਗੇ ਰਿਸ਼ਤੇਦਾਰ ਜਿਹਦਾ ਹੜ ਚਾਚਾ ਸੀ ਇੱਕ ਬਿਹਾਰੀ ਲਾਲ, ਉਹਦੇ ਸਹੁਰੇ ਸੀਗੇ ਡੀਡਾ, ਜਿਹਨਾਂ ਦਾ ਲੱਗ ਪਿੰਡ ਡੀਡਾ ਹੈ, ਉਹ ਨਿਕਲ ਕੇ ਸਹੁਰੇ ਆ ਗਏ। ਸਾਨੂੰ ਇਸ਼ਾਰਾ ਲੱਗੇ ਤੁਸੀਂ ਘੁੰਮ ਘੁੰਮ ਇੱਥੇ ਆ ਜਾਇਓ, ਅਸੀਂ ਗੰਢਾਂ ਚੁੱਕੀਆਂ ਤੁਰ ਪਏ। ਤੇ ਜਿਹੜੇ 20 ਰੈਫਲ ਵਾਲੇ ਸੀ ਨਾ, ਅਸੀਂ ਤੇ ਉਹਨਾਂ ਕੀਤਾ ਜਿਹਨਾਂ ਗੱਡੇ ਸੀ ਗੱਡੇ ਚੋਲੇ, ਸਾਨੂੰ ਅਸੀਂ ਵੀ ਆਪਣੀ ਗੰਢਾਂ ਗੁੰਢਾਂ ਗੱਡੇ ਗੱਡੇ ਰੱਖ ਲਈਆਂ, ਕੋਈ ਸਮਾਨ ਚੁੱਕ ਲਿਆ। ਤੇ ਕਾਫਲ ਲੰਬਾ ਕਾਫੀ ਸੀਗਾ, 20 ਰੈਫਲ ਘੋੜੀਆਂ ਘੋੜੀਆਂ ਤੇ ਸੀਗੇ, ਉਹ ਚੱਕਰ ਲਾਉਂਦੇ ਸੀਗੇ ਪੂਰੇ ਕਾਫਲ ਦੇ, ਕੋਈ ਅਟੈਕ ਨਾ ਕਰਦੇ। ਸਾਡਾ ਅਟੈਕ ਕੋਈ ਨਹੀਂ ਹੋਇਆ, ਕਿਉਂਕਿ ਪੂਰੇ ਕਿਲੇਬੰਦੀ ਕੀਤੀ ਸੀ, 20 ਰੈਫਲ ਰੈਫਲ ਨਿਕਲ ਜਾਂਦੇ ਉੱਥੇ। ਇਸ ਤਰ੍ਹਾਂ ਅਸੀਂ ਬਾਰਡਰ ਕਰਾਸ ਕੀਤਾ, ਆ ਗਏ ਜੇ ਐਂਡ ਕੇ ਦਾ ਬਾਰਡਰ ਸੀ ਰਾਜਪੁਰਾ ਚੌਕੀ, ਉੱਥੇ ਰੁਕੇ ਜੇ ਐਂਡ ਕੇ ਨੂੰ, ਕਿਉਂਕਿ ਦਰਿਆ ਪਾਰ ਕਿੱਦਾਂ ਕਰਨਾ, ਦਰਿਆ ਸਾੜਿਆ ਬੜਾ ਆ। ਉੱਧਰ ਅਸੀਂ ਖੁਸ਼ਕੀ ਨੂੰ ਰਸਤੇ ਆਏ, ਅਸੀਂ ਉੱਥੇ ਠਹਿਰੇ, ਅਸੀਂ ਉੱਥੇ ਰਹੇ ਇੱਕ ਦੋ ਦਿਨ ਰਹੇ। ਉੱਥੇ ਛੱਪੜ ਸੀ ਇੱਕ, ਉੱਥੇ ਡੰਗਣ ਵਾਲੇ ਨੇ, ਸਾਡੇ ਕੋਲ ਇੱਕ ਮੱਝ ਸੀ, ਚਾਚੇ ਕੋਲ ਮੱਝ, ਚਾਚੇ ਕੋਲ ਮੱਝ ਸੀ, ਇੱਕ ਸਾਡੇ ਕੋਲ ਮੱਝ ਸੀ, ਮੱਝ ਤੇ ਸਮਾਨ ਰੱਖਿਆ ਹੈਗਾ। ਉਹ ਛੱਪੜ ਜਿਹਾ ਸੀ, ਛੱਪੜ 'ਚ ਪਾਣੀ ਆ ਸੀ, ਛੱਪੜ 'ਚ ਟੱਟੀ ਪਿਸ਼ਾਬ ਜਾਣਾ, ਡੰਗਣੇ ਜਿਹੇ ਭਾਲ ਨੇ, ਉਹ ਛੱਪੜ 'ਚ ਪਾਣੀ ਪੀਣਾ। ਉੱਥੇ ਮੂਵ ਕੀਤਾ ਅਸੀਂ, ਅੰਦਰ ਐਂਟਰ ਕਰਨ ਲੱਗੇ ਜੇ ਐਂਡ ਕੇ 'ਚ। ਉੱਥੇ ਜਹਾਜ਼ ਘੁੰਮਦਾ ਸੀ, ਕਹਿੰਦੇ ਆਇਆ ਉਦੋਂ ਹਰੀ ਸਿੰਘ ਸੀਗਾ, ਰਾਜਾ ਹਰੀ ਸਿੰਘ, ਹਰੀ ਸਿੰਘ ਜੇ ਐਂਡ ਕੇ ਦਾ ਰਾਜਾ ਸੀਗਾ। ਉਹਨੇ ਨੋਟ ਕੀਤਾ ਕਿ ਰਿਫਿਊਜੀ ਆ ਰਹੇ ਆ, ਉਹਨੇ ਆਪਣੀ ਗਵਰਨਮੈਂਟ ਅਲਰਟ ਕਰਤਾ ਕਿ ਰਿਫਿਊਜੀ ਆ ਰਹੇ ਆ ਇੱਥੋਂ ਪਾਕਿਸਤਾਨ 'ਚੋਂ, ਸ਼੍ਰੀਨਗਰ 'ਚੋਂ, ਇਹਨਾਂ ਦਾ ਪੂਰਾ ਬੰਦ ਕੀਤਾ ਜਾਏ, ਸਪੋਰਟ ਬੰਦ ਕਰਕੇ ਲੰਗਰ ਲਾ ਸਾਹਿਬ ਕਰਕੇ। ਉੱਥੋਂ ਅਸੀਂ ਆਏ ਸੀਗੇ ਹੀਰਾਨਗਰ, ਹੀਰਾਨਗਰ ਸਕੂਲ 'ਚ ਠਹਿਰੇ ਅਸੀਂ, ਉੱਥੇ ਅਸੀਂ 10-12 ਦਿਨ ਰਹੇ ਹਾਂ। ਅਤੇ ਲੰਗਰ 'ਚ ਲੈਣਾ ਅਸੀਂ ਉਹ ਚੌਲ ਬਣਾਉਂਦੇ ਹੁੰਦੇ, ਚੌਲ ਵੀ ਥੋੜ੍ਹੇ ਕੜੱਤਣ ਬਣਦੇ ਸੀ, ਚੌਲ ਪੁਰਾਣੇ ਸੀ, ਹੈ ਮਾਮਲੇ 'ਚ ਪੁਰਾਣੇ ਚੌਲ ਸੀ, ਕੜੱਤਣ 'ਚ ਕੌੜੀ ਖਾ ਨਹੀਂ ਸਕੋ। ਉੱਥੋਂ ਅਸੀਂ 10 ਬੰਦੇ ਰਹੇ, ਉੱਥੋਂ ਫਿਰ ਅਸੀਂ, ਸਾਡਾ ਟਾਰਗੇਟ ਸੀਗਾ ਪੰਜਾਬ ਜਾਣਾ, ਉੱਥੋਂ ਅਸੀਂ ਮੂਵ ਕੀਤਾ ਕਾਫਲੇ। ਉੱਥੇ ਕੋਈ ਬੰਦੇ ਗਏ ਕਾਫਲਾ ਜਿਹੜਾ ਇਕੱਠਾ ਹੀ ਨਾ ਬੰਦੇ, ਕੋਈ ਜਿਹੜੇ ਤੇਜ਼ ਤਰਾਰ ਸੀਗੇ ਜਾਂ ਨੌਜਵਾਨ 'ਚ ਕਿੱਦਾਂ ਤਲ ਸਕਦੇ, ਜਾਂ ਜਿਹੜਾ ਕੋਈ ਜਵਾਨੀਆਂ ਵੀ ਸੀ, ਕੋਈ ਬੰਦੇ 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 ਆਪਣੇ ਆਪਣੇ ਉਹਨਾਂ ਜਗ੍ਹਾ ਪਰ ਆਏ ਤੁਰ ਪਏ। ਅਸੀਂ ਹੀਰਾਨਗਰ ਤੋਂ ਚੱਲੇ ਜਾਂ ਚਾਹੇ ਕਠੂ ਆਏ, ਕਠੂ ਕਚਹਿਰੀ ਠਹਿਰੇ। ਉਦੋਂ ਇੰਨਾ ਮੀਂਹ ਪਿਆ ਸੀਗਾ ਕਿ ਖੂਹ ਵਿੱਚ ਪਾਣੀ ਇੱਦਾਂ ਭਰ ਕੇ ਲਿਆਉਂਦੇ ਰਿਹਾ, ਬਾਲਟੀ ਲਿਆਈ ਨੀ, ਬਾਲਟੀ ਲਿਆ ਇੱਦਾਂ ਭਰ ਕੇ ਲਿਆਉਣੀ, ਇੰਨਾ ਪਾਣੀ ਚੜਿਆ ਸੀਗਾ। ਉੱਥੇ 20-25 ਦਿਨ ਰਹੇ, ਉੱਥੇ ਚੱਲੇ ਫਿਰ ਗੰਢਾ ਚੁੱਕ ਕੇ, ਅਸੀਂ ਆਏ ਮਾਧਵਪੁਰ, ਮਾਧਵਪੁਰ ਆ ਗਏ। ਮਾਧਵਪੁਰ ਤੇ ਫਿਰ ਕੁਛ ਰੁਕੇ, ਫਿਰ ਅਸੀਂ ਸੁਜਾਨਪੁਰ ਆਏ, ਸੁਜਾਨਪੁਰ ਦੋਧੀਆਂ ਦਾ ਹੀ ਘਰ ਸੀ, ਉੱਥੇ ਠਹਿਰੇ ਅਸੀਂ। ਤੇ ਟਾਰਗੇਟ ਸਾਡਾ ਅਸੀਂ ਜਾਣਾ ਦੀਨਾਨਗਰ, ਅਸੀਂ ਕਿਉਂਕਿ ਚਾਚਾ ਕਹਿ ਗਿਆ ਇੱਧਰ ਆਇਓ, ਦੀਨਾਨਗਰ ਦਾ ਡੀਡਾ ਪਿੰਡ ਮੇਰੇ ਸਹੁਰੇ ਆ, ਸਾਨੂੰ ਪਤਾ ਸੀ ਅਸੀਂ ਬਰਾਤੇ, ਸਾਡੇ ਪਿਓ ਬਰਾਤੇ ਸੀ ਸਾਡੀ, ਕਿਉਂ ਪਤਾ ਇੱਥੇ ਦੀਨ, ਤੇ ਅਸੀਂ ਟਾਰਗੇਟ ਸੀਗੇ ਉੱਥੋਂ। ਅਸੀਂ ਸੁਜਾਨਪੁਰ ਜਿਉਂ ਚੱਲੇ, ਜਿਉਂ ਚੱਲੇ ਪੈਦਲ ਹੀ, ਉਦੋਂ ਬਲੋਚ ਮਿਲਟਰੀ ਹੁੰਦੀ ਸੀ, ਬਲੋਚਾ ਕੰਮ ਕੀ, ਜਿੰਨਾ ਹਿੰਦੂ ਵੇਖਣਾ ਕੋਈ ਮਾਰ ਨਹੀਂ, ਮਾਰ ਦੇਣੀ ਬਿੰਦੇ ਸਾਰੀ ਮਾਰ ਦਿੰਦੇ, ਬਿੰਦੇ ਸਾਰੀ ਮਾਰ ਦੇ ਬਲੋਚ, ਉਹਨੇ ਬੜੇ ਮਾਰਨੇ, ਉਹਨਾਂ ਦਾ ਖਤਰਾ ਸੀਗਾ। ਤੇ ਉੱਥੋਂ ਆਏ ਦੀਨਾਨਗਰ, ਦੀਨਾਨਗਰ ਦੇ ਲਾਗੇ ਫਿਰ ਸਾਡਾ ਭਰਾ ਸੀਗਾ, ਮੇਰਾ ਵੱਡਾ ਭਰਾ, ਉਹ ਪਾਕਿਸਤਾਨ ਬਣਨ ਤੋਂ ਪਹਿਲਾਂ ਹੀ ਕੋਈ 6 ਸਾਲ ਮਿਲ ਚਲੇ ਗਏ ਬਾਹਰ 'ਚ, ਜਿਹੜਾ ਗੰਜੀਵਾਲ ਲਾਲਪੁਰ ਬਾਰਾਂ ਸੀ ਨਾ ਇੱਧਰ, ਉੱਥੇ ਚਲਾ ਗਿਆ ਸੀਗਾ ਕੰਮ ਕਾਜ, ਜਿਹਦਾ ਅੱਜ ਕੱਲ੍ਹ ਦੁਬਈ ਜਾਂਦਾ ਕੋਈ ਕਿਤੇ ਜਾਂਦਾ, ਚੱਕ ਸੀ, ਚੱਕ ਤੇ ਕਿਹੜੇ ਸੀ ਕੰਮ ਕਰਨ ਗਿਆ ਸੀਗਾ, ਜਾਂ ਪਾਕਿਸਤਾਨ ਬਣ ਗਿਆ ਤੇ ਉਹ ਵੀ ਇੱਧਰ ਆਏ, ਉਹ ਲੱਭਦਾ ਸਾਨੂੰ ਲੱਭਦਾ, ਫਿਰ ਹੁਣ ਕੋਈ ਟਾਕ ਕੋਈ ਜਗ੍ਹਾ ਹੋਏ ਤਾਂ ਲੱਭੇ, ਅਸੀਂ ਕਰਦਿਆਂ ਕਰਦੇ ਸਾਡਾ ਮੇਲ ਹੋ ਗਿਆ ਉੱਥੇ, ਜਿਹਨਾਂ ਨੇ ਮੇਲ ਹੋ ਗਿਆ। ਹੈਲੋ, ਨਾਲ ਛੋਟਾ ਸੀਗਾ ਉਹ, ਤਗੜਾ ਸੀ, ਮੇਰੇ 9 ਸਾਲ ਵੱਡਾ ਸੀਗਾ, 20-22 ਸਾਲ ਦਾ, ਨਹੀਂ ਭਰਾ ਸਾਡਾ ਵੱਡਾ, ਮਤਲਬ ਸਾਨੂੰ ਸਹੂਲਤ ਮਿਲ ਗਈ ਗਾਂ ਗਾਈਡ ਕਰਨ ਦੀ ਜਾਂ ਸਮਾਨ ਚੁੱਕਣ ਦੀ ਹੋ ਗਈ। ਤੇ ਉਹ ਚਾਚਾ ਸਾਡਾ ਕਿ ਡਿਊਟੀ ਆ ਜਾਓ, ਕਿ ਨਹੀਂ ਅਸੀਂ ਹੋ ਕਿਤੇ ਜਾਣਾ, ਸਾਡੇ ਰਿਸ਼ਤੇਦਾਰ ਸੀ ਕੋਟ ਮਸਿਆ ਦੇ ਫਾਦਰ ਦੇ, ਉਹ ਸਿੱਧੇ ਪਾਰ ਲੰਘ ਆਏ ਸੀਗੇ, ਉਹ ਬੈਠੇ ਸੀ ਗੁਰਦਾਸਪੁਰ ਲਾਗੇ ਰਣਜੀਤ ਬਾਗ ਬਰਿਆੜ ਪਿੰਡ ਬੈਠੇ ਸੀਗੇ, ਉਹ ਵੀ ਲੱਭਦੇ ਲੱਭਦੇ ਸਾਨੂੰ ਕੋਈ ਮਿਲ ਪਿਆ।
आओ इत लगे पिंड खाली है पूना पिंड है उत्थे आज मकान खाली है उत्थे काम भी है खाना काम भी है लौड़ा काम भी है यो काम करता है उत्थे पूने पिंड आ गया अं उत्थे फिर देख लो तीन सितंबर तो उद मक्की मुक्की वढ़ते हैं अक्तूबर आ गया है उदो तो लैके फिर मैं दाखिल होया पंजवीं चया फिर दूसरे खालसा स्कूल का खालसा को दसवीं की गवर्नमेंट कॉलेज गए उत्थे गए फिर मिलिट्री चले गए मिलिट्री सफर तुम मंगे दसता ये मतलब मेरे बारे मंगे का सफर किस तरह टीचिंग लाइन च आए हाँ मैं टीचर दसवीं इस तरह मैं टीचर सी ना घर च पता डोमेस्टिक कई झगड़े होंगे सस ना बनती नहीं मेरे घर आई तो सस अरे मां हाँ मर गई थी मैं तेरे मां की गल दसा मां मर गई थी 53 च मैं 9 च पढ़ता है साढ़े चाचे जड़े बैठे है ड्यूटी लागे मतलब जिते भरा गए थे पहले लागे पिंड छलिया उ बैठे हाड़े फादर थी तो बड़ी अटैचमेंट सी उन्होंने एक डैथ हो गई कुड़ी की डैथ हो गई ये चले हमारी मां तो हाड़ी भैन छोटी उन्हें चुकी ही ये सवेर सवेरे सड़क से खड़े सड़क ढूंढी एडी एडिया अल तक खड़े कच्ची सड़क होंगे उदो उ कद बस पिछ आई बस हाथ दिता बस च बह गए पिछ बस क्रॉस कर गई उन्हें क्रॉस की रेस लग गई उस जगह तो बाजार हाड़े 1 किलोमीटर होना उत जी बस क्रॉस करती है क्रॉस करती हाड़ी वाली एक बस जी थले उतर गई खड्डे पै गई खड्डे ही खड्डे पै पै गए साड़ी मां ने साड़ी भैन वाला खड़ा बच्चे सामभ रहेगा तो इदा वज वज के सिर मगर दिमाग डैमेज हो गया कोई तो मौके मौत हो गई फादर हाड़ी सट्टा बड़ी लगियाँ तो मैं 9वीं च पढ़ता है फिर हाड़ी भूआ ही जी आम दी सन तोड़ मल के पाकिस्तान मैं डेरा जमा लिया इतने मैं फिर जाता रहा खालसा स्कूल अजकल गौरमेंट स्कूल बन गया अपने पाकिस्तानी कह लो मैं ना जा सकता जा सकता तुम चुका मैं आप जावा मेरे साथ देखी जो अपने आप मार पानी पिलाना जो कपड़े
तीन चार गंढा ही चुकी एक दो आखिरी डेढ़ आखिरी दो चुकी ही ऐदा ही आ गया रस्ते एक मिसटैप हुई हाँ आके कठुए नी हीर नगर उथे मझा है एक चाचा पे हाड़े को जेडे कमेटी वाले उन्होंने मझा खड़ी कर लिया टैक्स लगना जी चंगी कटाने जे वो जब किस्मत मारे उधर चल के आए हैं तंग कर दक लिया पैसे चाड़ने वास्त हाल तो अं जा रहे कर नहीं सकते जी राजा पैर लग जाता तो वो खोदने हैं तो किस तरह कुछ थोड़ा बहुत पांच दस रुपये दो चार पांच रुपये एक तो छिड़कारा पाया वो रुकावट आई सू फिर बड़े आराम का अभी दीना नगर नहीं कोई हमला नहीं दीना नगर तक बड़े आराम ना आया कोई हमला कोई हल अच्छा दुकाना तो काफी सन बारह मंगा कोई ना दुकानदार चेते ना नहीं चेते लेकिन मैं जो तुम कहने उसे छद दो मैं मैं हर पता मैं पहुंच जाऊंगा इतों एंटर होना मैं इतो अगे आना खबे पै जा वजह हड़ी हेली आनी है हेली तो अगे एक नाला होंगे क्या नाला वो पार करो अगे जाकर कच्ची सड़क आ जानी है एक एक बरसाती नाला वो पार करके अगे जा दो मील तक डला बुरा पिंड इस पास कोटली है डले बुरे दो बनवास में देखते कोटली से तारा तो पाला अच्छा जी तारा पाला मुसलमान सन नहीं हिंदू सिख सिख जट भी जट तो यह राजपुर मनहास आकड़ खां साढ़े होलियां होंगे नहीं होलियां में दसा बार तक बार मतलब होलियां होनी उन्हें वेखन आना उन्हें फिर वेख के ना हड़ी राजपूत होनिया तो खतर आनी वेख के छेड़छाड़ करनी एक छेड़छाड़ की एक दिन तो वो खाली सी साढ़े बंदे दो दिन फिर छेड़छाड़ की रैफल लैके आए लैके आए कृपाना उन्होंने जोड़ा हाड़ पिंड दसदा एक बरसाती नाला है वह पिंड दूर निकल के कोई मसा ही होना है दो तीन सौ गज दो तीन सौ गज तो भी बंदे वे इन्हें राजपूत ने राजपूत उन्होंने जेड शरारत करते हैं भी बंदे वे कोटला डला बूढ़ा तो कोटला कोटला डला बूढ़ा तो कोटले कोटला नाल पिंड से लड़ाई तारे पाले होने जो मारने के तेना ने चलती रही है शराब पीने शराबी शुरू बंदे तारा जरा पतला लंबा है पाला मोटा चंगा तगड़ा है भरा चंगे याद है चंगे मिशकल याद है उनकी अच्छा कहो रहे बारह मांगे जरा मंदिर का कस्बा सी हाँ जी किन्ने को मंदिर सन एक तो मंदिर जरा ना अस अपने घर तो कोठे जा चले गए तो सामने मंदिर सी जिन्हें उत्थे होने ना फंक्शन होने कथा वो कथा चलती होंगी ज्यादा तो वह सारे अपने लागे घर दुकाना ही उस छत बह गए थे मंदिर वह मंदिर मशहूर सी सब तो व्डा मंदिर सी बाकी होर बड़े मंदिर इन याद नहीं मंदिर काफी राजपूत का खतरा पिंड मंदिर तो होने ही हाँ एक गल सिख एक घर सिखा एक डॉक्टर स्पैन ला बंद कर देने सिख डॉक्टर कहने करतार सिंह वो साढ़े घर के बैक साइड से मंदिर के सामने घर के बैक साइड से हटिया उतरी सिख डॉक्टर कहने होंगे जी बड़ा बीबा बंदा है ऐसे शक्ल याद है जी सिख डॉक्टर सानू पता जो आनी ना होलियां आनी बाकी होलियां मतलब उन्हें होला मना अस सिख डॉक्टर का होला चलता पाया अच्छा एक सिख डॉक्टर से सिख से बाकी सारे हिंदू खत्री राजपूत हिंदू है मेला कितने मना एक विसाखी मेला मनाते थे न्याणेकोट न्याणेकोट से उत्तर विसाखी बड़ी होंगी होंगी साढ़े विसाखी होंगी वैसे उत्तर मशहूर विसाखी न्याणेकोट जाने होंगे अच्छा वो थाना ही वो थाना ही साढ़े पिंड भी चौकी सी वैसे तो थाना न्याणेकोट थाना पैंता है चुक लगना जाना
ਅਸੀਂ ਕਿ ਤੁਰਨਾ ਹੁੰਦਾ ਨੰਗੇ ਪੈਰ ਹੋਣੇ ਕੰਡੇ ਲੱਗਣੇ ਉਹਨੇ ਚੁੱਕ ਲੈਣੇ ਜੇ ਲੱਗਦਾ ਚੁੱਕ ਲੈਣਾ ਉਹ ਚੁੱਕ ਕੇ ਜਾਣਾ ਜਾਂ ਤੁਰ ਵੀ ਲੈਣਾ ਅਸੀਂ ਨਿਆਣੇ ਕੋਈ 4-5 ਕਿਲੋ 4-7 ਉਹ ਸੀਗਾ ਹੱਥ ਤੁਰ ਕੇ ਜਾਣਾ ਮੇਲਾ ਵੇਖ ਆਉਂਦੇ ਰਹੇ ਅੱਛਾ ਉਸ ਸਮੇਂ 1947 ਤੋਂ ਪਹਿਲਾਂ ਤੁਹਾਡੇ ਹਿੰਦੂਆਂ ਦਾ ਮੁਸਲਮਾਨਾਂ ਦਾ ਭਾਈਚਾਰਾ ਕਿਹੋ ਜਿਹਾ ਬਹੁਤ ਬੁਰਾ ਬਹੁਤ ਬੁਰਾ ਪਿਆ ਸੀ ਸਾਡੇ ਪਿੰਡ ਵਿੱਚ ਪਤਾ ਕਦੇ ਵੀ ਮੁਸਲਮਾਨਾਂ ਦਾ ਹਿੰਦੂਆਂ ਦਾ ਝਗੜਾ ਹੋਇਆ ਹੀ ਨਹੀਂ ਕਦੀ ਸਾਂਝੇ ਤਿਉਹਾਰ ਮਨਾਉਂਦੇ ਸਭ ਕਰਦੇ ਹੈਗੇ ਮਤਲਬ ਬਿਲਕੁਲ ਜਿਹੜੇ ਸਕੇ ਸਪੰਦੀ ਹੁੰਦੇ ਏਦਾਂ ਹੈਗਾ ਉਹ ਤਾਂ 47 ਤੋਂ ਬਾਅਦ ਕੁਛ ਬੰਦੇ ਇੱਧਰ ਸ਼ਰਾਰਤੀ ਚਲੇ ਗਏ ਕੋਈ ਸ਼ਰਾਰਤੀ ਹੈ ਸੀ ਉਹ ਰਲ ਕੇ ਉਹਨਾਂ ਨੇ ਪੰਗਾ ਪਾਇਆ ਨਹੀਂ ਜੀ ਦੇਖੋ ਤੁਸੀਂ ਫਿਲਮ ਵੀ ਕਾਈ ਗਦਰ ਤੇ ਹੋਰ ਕਈ ਫਿਲਮਾਂ ਆਈਆਂ ਇੰਨਾ ਭਾਈਚਾਰਾ ਸ਼ਰਾਰਤੀ ਬੰਦਾ ਜਾ ਕੇ ਇੱਥੋਂ ਗਏ ਆ ਉਹ ਸਾਡੇ ਬੰਦੇ ਵੱਢ ਦਿੱਤੇ ਉਹਨਾਂ ਹਿੰਦੂਆਂ ਨੇ ਸਾਡੇ ਆਹ ਕਰਤਾ ਅੱਛਾ ਉਹਨਾਂ ਕਹਿੰਦਾ ਕਿਹੜਾ ਮਾਰ ਦੋ ਹਿੰਦੂਆਂ ਨੂੰ ਮਾਰ ਦੋ ਹਿੰਦੂ ਜਦੋਂ ਇੱਧਰ ਆਏ ਸਾਡੇ ਬੰਦੇ ਨੇ ਵੱਢ ਦਿੱਤੇ ਅੱਛਾ ਮੁਸਲਮਾਨ ਵਾਲੇ ਹੋ ਗਏ ਅਫਵਾਹਾਂ ਨਾਲ ਬਸ ਵੱਧਦੇ 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 ਗੱਡੀਆਂ ਵਰਤੀਆਂ ਗੱਡੀ ਕੁਝ ਵੀ ਗੱਡੀ ਵੱਧ ਜਾਣੀ ਲਾਸ਼ਾਂ ਲਾਸ਼ਾਂ ਤੇ ਉਦੋਂ ਫਿਰ ਹੋਇਆ ਇਹ ਤਾਂ ਭਾਈਚਾਰਾ ਬੜਾ ਬੁਰਾ ਭਾਈਚਾਰਾ ਗੱਡੀ ਵੱਡੀ ਕੇ ਦੱਸਣਾ ਵੀ 10 ਗੱਡੀ ਵੱਡੀ ਕਹਿੰਦਾ ਮਾਰਨਾ ਕਹਿੰਦਾ ਸਾਡੇ ਪਿੰਡ ਬੰਦੇ ਸਾਰੇ ਮਾਰ ਉਹ ਉਹਨਾਂ ਨਾਲ ਵਿਧਾ ਚਾਰ ਦੱਸਿਆ ਤੇ ਉਹਨਾਂ ਨਾਲ ਕੀ ਹੋਇਆ ਜਿਹੜਾ ਭਾਈਚਾਰਾ ਟੁੱਟ ਗਿਆ ਅੱਛਾ ਕਿੰਨਾ ਨੂੰ ਚੇਤੇ ਆਉਂਦਾ ਬਾਰਾ ਮੰਗਾ ਨਹੀਂ ਕਾਫੀ ਚੇਤੇ ਆਉਂਦਾ ਕਈ ਵਾਰ ਮੈਂ ਜਦੋਂ ਸਪਰਾਂ ਦੀ ਲੜਾਈ ਹੋਈ ਹੈ ਮੇਰਾ ਸਾਂਝੀ ਪਾਰਟ ਕੰਡੇ ਤੇ ਉਹ ਜਾਇਆ ਸੀਗਾ ਤੇ ਪਾਕਸ ਆਪ ਪਿੰਡ ਜਾਇਆ ਸੀਗਾ ਪਿੰਡੋ ਖੜੇ ਕੀ ਲਿਆ ਸੀਗਾ ਇੱਕ ਚੱਕੀ ਲਿਆ ਖਿੜਕੀਆਂ ਲਾ ਕੇ ਲਿਆ ਦਰਵਾਜ਼ੇ ਲਾ ਕੇ ਲਿਆ ਆਪਣੇ ਘਰ ਦੇ ਘੱਟ ਲੜਾਈ ਚ ਤੇ ਉਦੋਂ ਮੈਂ ਦਸੂਰ ਆ ਗਿਆ ਸੀਗਾ ਇੱਥੋਂ ਮੈਂ ਗਿਆ ਉੱਥੇ ਕਾਨੇ ਕਹਿੰਦਾ ਆਪ ਲੈ ਚਲੀਏ ਅਸੀਂ ਗਿਆ ਬੀ ਏ ਸੱਪ ਕੋਲ ਉਦੋਂ ਮੀਂਹ ਬੜਾ ਪਿਆ ਸੀਗਾ ਖਤਰ ਚ ਅਸੀਂ ਜਾ ਕੇ ਜਾਣਾ ਆਪਣੇ ਪਿੰਡ ਦੇਖਣ ਜਾਣਾ ਕਹਿੰਦਾ ਦੇਖ ਕੇ ਜੀ ਸਕ ਕੇ ਜਾਓ ਸੜਕਾਂ ਕੱਚੀਆਂ ਤੇ ਗੱਡੀਆਂ ਹੜੀਆਂ ਨਹੀਂ ਜਾਂਦੀਆਂ ਤੇ ਖੁੱਭ ਜਾਂਦੀਆਂ ਦੋ ਚਾਰ ਦਿਨ ਠਹਿਰ ਜਾਓ ਧੁੱਪਾਂ ਚਾਰ ਲੱਗ ਲੈਣ ਤੋਂ ਫਿਰ ਤੁਹਾਨੂੰ ਅਸੀਂ ਗੱਡੀ ਛੱਡ ਆਵਾਂ ਘੁੰਮ ਕੇ ਆਇਓ ਤੇ ਸਾਡੀ ਗੱਡੀ ਆ ਜਾਓ ਤੇ ਉਹ ਕਹਿੰਦਾ ਜੀ ਇਹ ਬਹੁਤ ਦੂਰੋਂ ਆਏ ਹੋ ਕਿੱਦਾਂ ਕਹਿੰਦਾ ਮਜਬੂਰੀ ਹੈ ਚਲੇ ਗਿਆ ਗੱਡੀ ਫਸ ਗਈ ਤੁਸੀਂ ਅਸੀਂ ਤੁਸੀਂ ਉੱਥੇ ਅਸੀਂ ਉੱਥੇ ਤੇ ਇਸ ਕਰਕੇ ਮੈਂ ਜਾ ਨਹੀਂ ਸਕਿਆ ਮੇਰੇ ਜਾਣਾ ਸੀ ਮੈਂ ਪਿੰਡ ਜਾਣਾ ਉਹਨੇ ਚੇਤੇ ਆਉਂਦਾ ਰਿਹਾ ਅੱਜ ਤੱਕ ਹਾਂ ਹੁਣ ਤਾਂ ਚੇਤੇ ਕਦੇ ਚੇਤੇ ਆਉਂਦੀ ਜਦੋਂ ਤੁਸੀਂ ਜਿੱਦਾਂ ਸ਼ੁਰੂ ਕੀਤਾ ਉਹਨਾਂ ਚੇਤੇ ਰਹਿੰਦਾ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੁਹਾਡਾ ਤੁਸੀਂ ਉਸ 47 ਦੇ ਹਾਲੇ ਨਾਲ ਕਰਨਾ ਆਪ ਵਿੱਚ ਸਾਂਝੀ ਕੀਤੀ ਧੰਨਵਾਦ ਧੰਨਵਾਦ